ਕੋਟ ਮੌਜ ਦੇਣ ਦੇ ਬੰਦੇ ਸ਼ਾਮ ਵੇਲੇ 14-15 ਮੇਰੇ ਘਰ ਵੜ ਆਏ ਨੇ, ਲੈ ਗਏ ਨੇ ਆਪਣੇ ਡੇਰੇ ਤੇ। ਉੱਥੇ ਉਹਨਾਂ ਮੈਨੂੰ ਬੜਾ ਮਾਰਿਆ, ਡੰਡੇ ਸੋਟੇ ਨਾਲ ਮਾਰਦੇ ਨੇ, ਬੰਦੂਕਾਂ ਸਣੇ ਕੋਲ ਉਹਨਾਂ ਦੇ ਬੱਟ ਮਾਰਦੇ ਰਹੇ, ਮਾਰ ਮਾਰ ਉਹਨਾਂ ਮੈਨੂੰ ਉੱਥੇ ਬੇਹੋਸ਼ ਕਰ ਦਿੱਤਾ। ਪੈਸਿਆਂ ਦੀ ਡਿਮਾਂਡ ਕਰਦੇ ਸਨ ਵੀ ਸਾਨੂੰ ਪੈਸੇ ਦੇ, ਇਸ ਤੋਂ ਪਹਿਲਾਂ ਕਿ ਮੈਂ ਉਹਨਾਂ ਨੂੰ ਪੈਸੇ ਦੇ ਚੁੱਕਾ। ਵਾਰ ਵਾਰ ਧਮਕੀ ਦਿੰਦੇ ਸਨ ਗੋਲੀ ਮਾਰ ਦੇਣੀ, ਤਾਂ ਇਹ ਹਾਲ ਉਹਨਾਂ ਕਰ ਦਿੱਤਾ ਕਿ ਮੈਂ ਹੁਣ 6 ਮਹੀਨੇ ਸਿੱਧਾ ਹੋ ਕੇ ਚੱਲ ਨਹੀਂ ਸਕਦਾ। ਸਾਡੇ ਬੱਚੇ ਨਾਲ ਬਹੁਤ ਜ਼ਿਆਦਾ ਕੀਤੀ ਹੈ ਅਤੇ ਮਿਹਰਬਾਨੀ ਤੁਹਾਡੀ, ਮੇਰੀ ਅੱਗੇ ਅਪੀਲ ਹੈ ਮੇਰੇ ਬੱਚੇ ਨਾਲ ਇਨਸਾਫ ਹੋਵੇ, ਮਾੜੇ ਗਰੀਬ ਬੰਦੇ ਆ। ਚੋਰੀ ਸਾਲਕ ਸਾਹਿਬ ਅੱਗੇ ਗੁਜ਼ਾਰਿਸ਼ ਹੈ ਕਿ ਮੈਂ ਤੁਹਾਡੇ ਹਲਕੇ ਵਿੱਚ ਮੇਰੇ ਨਾਲ ਇਹ ਕੁਝ ਹੋਇਆ। ਅਸੀਂ ਹੋਰ ਕਿੱਥੇ ਜਾਈਏ, ਅਸੀਂ ਤੁਹਾਡੇ ਨਾਲ ਹੀ ਤਰਲਾ ਕਰਨਾ। ਸ਼ਾਮ ਦਾ ਵਾਕਿਆ, ਮੈਂ ਘਰ ਸਾਂ ਆਪਣੇ ਬੱਚਿਆਂ ਦੇ ਵਿੱਚ, ਮਾਂ ਬਾਪ ਮੇਰੇ ਕੋਲ ਸੀ। ਕੋਟ ਮੌਜ ਦੇਣ ਦੇ ਬੰਦੇ ਸ਼ਾਮ ਵੇਲੇ 14-15 ਮੇਰੇ ਘਰ ਵੜ ਆਏ ਨੇ, ਮੈਨੂੰ ਉੱਥੇ ਮਾਰਿਆ ਕੁੱਟਿਆ ਨੇ, ਮੇਰੇ ਬੀਵੀ ਬੱਚਿਆਂ ਨੇ, ਮਾਂ ਮੇਰੀ ਧਰੁਕਿਆ ਨੇ, ਮੈਨੂੰ ਉੱਥੋਂ ਚੁੱਕ ਕੇ ਲੈ ਗਏ ਨੇ ਆਪਣੇ ਡੇਰੇ 'ਤੇ। ਉੱਥੇ ਉਹਨਾਂ ਮੈਨੂੰ ਬੜਾ ਮਾਰਿਆ, ਮਾਰ ਮਾਰ ਕੇ ਅਤੇ ਬੇਹੋਸ਼ ਕਰ ਦਿੱਤਾ। ਬੜੀ ਹਾਲਤ ਖਰਾਬ ਹੈ ਮੇਰੀ। ਵਜ੍ਹਾ ਇਹ ਸੀ ਕਿ ਉਹਨਾਂ ਮੁਲਾਜ਼ਮ ਰੱਖਿਆ ਸੀ ਮੇਰੀ ਥਰੂ, ਮੇਰਾ ਰਿਸ਼ਤੇਦਾਰ ਹੀ ਸੀ ਦੂਰੋਂ ਕਰਕੇ, ਉਹਦੇ ਉਹਨਾਂ ਪੈਸੇ ਦਿੱਤੇ ਸਨ। ਬੰਦੇ 7 ਮਹੀਨੇ ਕੰਮ ਕੀਤਾ, ਬੰਦਾ ਟੁਰ ਗਿਆ, ਉਸਦੇ ਜਿਹੜੇ ਅਸਲ ਪੈਸੇ ਸਨ ਉਹ ਦੇ ਦਿੱਤੇ ਨੇ। ਉਹਦੇ ਬਾਵਜੂਦ ਕਹਿੰਦੇ ਨੇ ਬੰਦੇ ਸਾਲ ਨਹੀਂ ਕੰਮ ਕੀਤਾ, ਬੰਦੇ 7 ਮਹੀਨੇ ਕੰਮ ਕੀਤਾ, ਸਾਨੂੰ ਜਾਂ ਤਾਂ ਪੈਸੇ ਦਿਓ ਜਾਂ ਬੰਦਾ ਲਿਆ ਕੇ ਦਿਓ। ਬੰਦਾ ਆਉਂਦਾ ਨੇ, ਪੈਸੇ ਦੇ ਦਿੱਤੇ ਨੇ, ਜਿਹੜੇ ਉਹਨਾਂ ਦੇ ਅਸਲ ਪੈਸੇ ਸਨ ਉਹ ਦੇ ਦਿੱਤੇ ਨੇ, ਬਾਕੀ ਉਹ ਐਕਸਟਰਾ ਮੰਗਦੇ ਨੇ। ਜਿਹੜੀ 7 ਮਹੀਨੇ ਦੀ ਤਨਖਾਹ ਸੀ ਨਾ, ਉਹ ਆਉਂਦੇ ਨੇ ਉਹ ਅਸਾਂ ਵਾਪਸ ਲੈਣੀ, ਅਸੀਂ ਬੰਦੇ ਨੂੰ ਨਹੀਂ ਦਿੰਦੇ। ਇਹ ਇਸ ਵਜ੍ਹਾ ਤੋਂ ਮੈਨੂੰ ਚੁੱਕ ਕੇ ਲੈ ਗਏ ਨੇ। ਮੈਂ ਤਾਂ ਜ਼ਾਮਨ ਸਾਹਿਬ ਵਿੱਚ ਪੈਸੇ ਵੀ ਦੇ ਦਿੱਤੇ ਨੇ ਉਹਨਾਂ ਦੇ, ਜਿਹੜੇ ਆਪਣੇ ਹੱਕ ਦੇ ਬਣਦੇ ਸਨ। ਉਸ ਦੇ ਬਾਵਜੂਦ ਵੀ ਮੇਰੇ ਨਾਲ ਇਹਨਾਂ ਇਹ ਕੰਮ ਕੀਤਾ ਕਿ ਮੇਰਾ ਭਰਾ ਜੇ ਉਹਨਾਂ ਦੇ ਜਿਹੜੇ ਨਾ ਕਬਜ਼ੇ ਵਿੱਚ, ਭਰਜਾਈ ਮੇਰੀ ਅਤੇ ਭਰਾ ਮੇਰਾ, ਉਹਨੂੰ ਵੀ ਉਹ ਨਹੀਂ ਛੱਡਦੇ ਪਏ। ਬੰਦੇ ਜੀ 10-12 ਸਨ, ਪੈਸਿਆਂ ਦੀ ਡਿਮਾਂਡ ਕਰਦੇ ਸਨ ਵੀ ਸਾਨੂੰ ਪੈਸੇ ਦੇ, ਇਸ ਤੋਂ ਪਹਿਲਾਂ ਕਿ ਮੈਂ ਉਹਨਾਂ ਨੂੰ ਪੈਸੇ ਦੇ ਚੁੱਕਾਂ। ਜਿਹੜੇ ਉਹਨਾਂ ਦੇ ਆਕਸਾਜ ਦੇ ਬੰਦਾ ਰੱਖਿਆ ਸਨ, ਉਸ ਬੰਦੇ ਦੇ ਪੈਸੇ ਬਣਦੇ ਸਨ, ਉਹ ਮੈਂ ਦੇ ਚੁੱਕਾਂ। ਲਿਆਦਾ ਉਹ ਰੱਖਦੇ ਨੇ 1,30,000 ਰੁਪਈਆ ਦੇ, ਨਹੀਂ ਤਾਂ ਕੰਮ ਕਰ। ਮੈਂ ਗਰੀਬ ਆਦਮੀ ਹਾਂ, ਮੈਂ ਛੋਟੇ ਛੋਟੇ ਬੱਚੇ ਨੇ, ਮੈਂ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਖਵਾਉਣਾ ਪਿਆ, ਨਹੀਂ ਸਾਂ ਦੇ ਸਕਦਾ। ਉਹਨਾਂ ਅੱਗੇ ਤਰਲੇ ਮਿਹਨਤ ਕੀਤੇ ਨੇ, ਪਰ ਫਿਰ ਇਸ ਦੇ ਬਾਵਜੂਦ ਮੈਨੂੰ ਚੁੱਕ ਕੇ ਲੈ ਗਏ ਨੇ, ਮੈਨੂੰ ਕੁੱਟਿਆ ਮਾਰਿਆ ਨੇ। ਪਿੱਛੇ ਮੇਰੇ ਭਾਈਆਂ ਬਾਅਦ ਵਿੱਚ ਜਿਹੜੇ ਉਹਨਾਂ 15 'ਤੇ ਕਾਲ ਚਲਾਈ, ਮੈਨੂੰ ਪਤਾ ਕਿੱਥੇ ਸੁੱਟ ਗਏ ਨੇ, ਮੈਨੂੰ ਹੋਸ਼ ਆਈ ਹੈ। ਮੈਂ ਢਿੰਦਾ ਡਿੱਗਦਾ ਰਾਤ ਨੂੰ ਘਰ ਪਹੁੰਚਿਆ, ਕੋਈ ਤਕਰੀਬਨ 2:30 ਦੇ ਕਰੀਬ। ਡੰਡੇ ਸੋਟੇ ਨਾਲ ਮਾਰਦੇ ਨੇ, ਲੱਕੜਾਂ ਸਨ ਜਿਹੜੇ ਬਾਲਣ ਟੈਪ ਹੁੰਦਾ ਦੇਗਾਂ ਵਾਲਣ ਵਾਲੀਆਂ, ਇੰਜ ਦਾ ਸੀ। ਬੰਦੂਕਾਂ ਸਣੇ ਕੋਲ ਉਹਨਾਂ ਦੇ ਬੱਟ ਮਾਰਦੇ ਰਹੇ ਨੇ, ਵਾਰ ਵਾਰ ਧਮਕੀ ਦਿੰਦੇ ਸਨ, ਤੈਨੂੰ ਫਾਇਰ ਕਰ ਦੇਣਾ ਹੈ, ਸਾਨੂੰ ਗੋਲੀ ਮਾਰ ਦੇਣੀ। 5 ਬੱਚੇ ਨੇ ਮੇਰੇ ਸਿਰ 'ਤੇ ਹੀ ਨੇ। ਮੇਰਾ ਇੰਜ ਦਾ ਹਾਲ ਉਹਨਾਂ ਕਰ ਦਿੱਤਾ ਕਿ ਮੈਂ ਹੁਣ 6 ਮਹੀਨੇ ਸਿੱਧਾ ਹੋ ਕੇ ਚੱਲ ਨਹੀਂ ਸਕਦਾ। ਇਤਨਾ ਕੁ ਮਾਰਿਆ ਉਹਨਾਂ ਨੇ। ਪੁਲਿਸ ਕੋਲ ਗਏ ਜੀ, ਉਹਨਾਂ ਆਖਿਆ ਜੀ ਉਹਨਾਂ ਨਾਲ ਮੁਕਾਓ, ਉਹਨਾਂ ਦਾ ਮਾਮਲਾ, ਤੁਸੀਂ ਉਹਨਾਂ ਨਾਲ ਮੁਕਾਓ, ਸਾਡਾ ਇਹਦੇ ਵਿੱਚ ਅਸੀਂ ਨਹੀਂ ਕੁਝ ਕਰ ਸਕਦੇ। ਚੋਰੀ ਸਾਲਕ ਸਾਹਿਬ ਅੱਗੇ ਗੁਜ਼ਾਰਿਸ਼ ਹੈ ਕਿ ਮੈਂ ਤੁਹਾਡੇ ਹਲਕੇ ਵਿੱਚ, ਮੇਰੀ ਅਪੀਲ ਹੈ ਉਹਨਾਂ ਅੱਗੇ, ਮੇਰੇ ਨਾਲ ਇਨਸਾਫ ਕੀਤਾ ਜਾਏ। ਮੈਂ ਤੁਹਾਡਾ ਵੋਟਰ ਸਪੋਰਟਰ ਹਾਂ ਅਤੇ ਤੁਹਾਡੇ ਹਲਕੇ ਵਿੱਚ ਮੇਰੇ ਨਾਲ ਇਹ ਕੁਝ ਹੋਇਆ। ਜਿਹੜਾ ਕੈਦ ਕੀਤੇ ਨੇ ਉਹ ਵੀ ਨੌਂ ਤੋਂ ਪੁੱਤਰ, ਇਹਨਾਂ ਤੋਂ ਵੱਡਾ, ਉਹਨਾਂ ਨੂੰ ਵੀ ਕੈਦ ਕੀਤੇ ਨੇ ਅਤੇ ਉਹਨਾਂ ਦਾ ਲੱਗ ਟੁੱਟਿਆ ਹੋਇਆ, ਉਹ ਤੁਰ ਨਹੀਂ ਸਕਦਾ, ਉਹ ਮੰਜੀ 'ਤੇ ਪਏ ਨੇ। ਆਹ ਮੈਂ ਬਿਮਾਰ, ਬਰੂੜੀ ਮਜ਼ਦੂਰੀ ਕਰਦੇ ਨੇ, ਬੱਚਿਆਂ ਨੂੰ ਪਾਲਦੇ ਨੇ, ਮੇਰਾ ਇਲਾਜ ਕਰਦੇ ਨੇ। ਤੁਹਾਡੀ ਮਿਹਰਬਾਨੀ, ਬੱਚੀ ਦਾ ਸਮਾਨ ਬਣਾਇਆ ਨੇ ਉਹਨਾਂ, ਉਹ ਉੱਥੇ ਕੈਦ ਦੇ ਵਿੱਚ ਨੇ, ਸਮਾਨ ਵੀ ਚੁੱਕਣਾ ਚਾਹੀਦਾ। ਮੇਰੀ ਅਪੀਲ ਹੈ ਮਰੀਅਮ ਨਵਾਜ਼, ਉਹਨਾਂ ਮੇਰੇ ਜਵਾਈ ਨੂੰ ਫੜ ਕੇ ਜਾ ਕੇ ਮਾਰਿਆ ਕੁੱਟਿਆ, ਅਤੇ ਮਿਹਰਬਾਨੀ ਤੁਹਾਡੀ, ਮੇਰੀ ਅੱਗੇ ਅਪੀਲ ਹੈ ਮੇਰੇ ਬੱਚੇ ਨਾਲ ਇਨਸਾਫ ਹੋਵੇ। ਅਸੀਂ ਹੋਰ ਕਿੱਥੇ ਜਾਈਏ, ਅਸੀਂ ਤੁਹਾਡੇ ਨਾਲ ਹੀ ਤਰਲਾ ਕਰਨਾ, ਮਾੜੇ ਗਰੀਬ ਬੰਦੇ ਹਾਂ।